ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Question hai, how will you separate a mixture containing kerosene and petrol? Difference in their boiling point is more than 25 degrees Celsius, which are miscible with each other. ਇਹਨਾਂ ਨੇ ਕਿਹਾ ਹੈ ਕਿ ਕੈਰੋਸੀਨ ਅਤੇ ਪੈਟਰੋਲ ਹੈ ਜਿਹੜਾ, ਮਤਲਬ ਮਿੱਟੀ ਦਾ ਤੇਲ ਅਤੇ ਜਿਹੜਾ ਪੈਟਰੋਲ ਹੈ, ਇਸ ਇਹ ਕੀ ਨੇ, ਆਪਸ 'ਚ ਮਿਸੀਬਲ ਨੇ, ਮਤਲਬ ਆਪਸ 'ਚ ਘੁਲ ਜਾਂਦੇ ਨੇ। ਅਤੇ ਇਹਨਾਂ ਦਾ ਇਹਨਾਂ ਨੂੰ ਅਸੀਂ ਫਿਰ ਕਿਵੇਂ ਸੈਪਰੇਟ ਕਰ ਸਕਾਂਗੇ, ਇੱਕ ਦੂਜੇ ਤੋਂ ਕਿਵੇਂ ਵੱਖਰੇ ਕਰਾਂਗੇ ਅਗਰ ਇਹ ਦੋਵੇਂ ਇੱਕ ਦੂਜੇ 'ਚੋਂ ਮਿਕਸ ਹੋਏ ਹੋਏ ਨੇ। ਅਤੇ ਇਹਨਾਂ ਦਾ ਜਿਹੜਾ ਬੋਇਲਿੰਗ ਪੁਆਇੰਟ ਦਾ ਜਿਹੜਾ ਡਿਫਰੈਂਸ ਹੈ, ਉਹ ਸਾਨੂੰ ਦਿੱਤਾ ਹੋਇਆ ਹੈ ਕਿ 25 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੈ। ਹੁਣ ਇੱਥੇ ਕਿਹੜੇ ਪ੍ਰੋਸੈਸ ਨਾਲ ਅਸੀਂ ਇਹਨਾਂ ਨੂੰ ਸੈਪਰੇਟ ਕਰ ਸਕਦੇ ਹਾਂ, ਮਤਲਬ ਵੱਖਰਾ ਕਰ ਸਕਦੇ ਹਾਂ, ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ, ਡਿਸਟੀਲੇਸ਼ਨ ਕਹਿੰਦੇ ਹਾਂ। ਡਿਸਟੀਲੇਸ਼ਨ ਡਿਸਟੀਲੇਸ਼ਨ ਕੀ ਹੈ, ਇੱਕ ਸੈਪਰੇਸ਼ਨ ਪ੍ਰੋਸੈਸ ਹੈ। ਮਤਲਬ ਕਿ ਅਗਰ ਦੋ ਜਾਂ ਜ਼ਿਆਦਾ ਜਿਹੜੇ ਸਬਸਟਾਂਸ ਹੈ ਅਗਰ ਆਪਸ 'ਚ ਮਿਕਸ ਹੋਏ ਹੁੰਦੇ ਨੇ, ਤਾਂ ਉਸ ਨੂੰ ਅਸੀਂ ਕੀ ਹੈ, ਸੈਪਰੇਟ ਕਰ ਸਕਦੇ ਹਾਂ। ਸੈਪਰੇਸ਼ਨ ਪ੍ਰੋਸੈਸ ਹੈ, ਮਤਲਬ ਉਹਨਾਂ ਨੂੰ ਅਲੱਗ ਅਲੱਗ ਕਰ ਸਕਦੇ ਹਾਂ। ਕਿਹਨਾਂ ਨੂੰ ਕਰ ਸਕਦੇ ਹਾਂ, ਜਿਨ੍ਹਾਂ ਦਾ ਬੋਇਲਿੰਗ ਪੁਆਇੰਟ ਦਾ ਜਿਹੜਾ ਡਿਫਰੈਂਸ ਹੈ, ਮਤਲਬ ਉਹਨਾਂ ਦੇ ਜਿਹੜੇ ਦੋਵੇਂ ਪ੍ਰੋਡਕਟ ਨੇ ਉਹਨਾਂ ਦੇ ਵਿੱਚ ਜਿਹੜਾ ਬੋਇਲਿੰਗ ਪੁਆਇੰਟ ਦਾ ਫਰਕ ਹੈ ਉਹ ਕਿੰਨਾ ਹੋਣਾ ਚਾਹੀਦਾ ਹੈ, 25 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਅਤੇ ਇਹ ਅਗਰ ਕੋਈ ਸਬਸਟੈਂਸ ਇਹਨੂੰ ਫੋਲੋ ਕਰਦਾ ਹੈ, ਤਾਂ ਅਸੀਂ ਉਸਨੂੰ ਡਿਸਟੀਲੇਸ਼ਨ ਦਾ ਕੀ ਹੈ, ਸੈਪਰੇਟ ਕਰ ਸਕਦੇ ਹਾਂ, ਵੱਖਰਾ ਵੱਖਰਾ ਕਰ ਸਕਦੇ ਹਾਂ। ਹੁਣ ਇੱਥੇ ਕੀ ਸਾਨੂੰ ਦਿੱਤਾ ਹੈ, ਕੈਰੋਸੀਨ ਅਤੇ ਪੈਟਰੋਲ, ਇਸ ਦੇ ਵਿੱਚੋਂ ਸਾਨੂੰ ਪਤਾ ਹੈ ਕਿ ਪੈਟਰੋਲ ਦਾ ਬੋਇਲਿੰਗ ਪੁਆਇੰਟ ਕਿੰਨਾ ਹੁੰਦਾ, ਬੋਇਲਿੰਗ ਪੁਆਇੰਟ ਆਫ ਪੈਟਰੋਲ, ਮਤਲਬ ਕਿੰਨੇ ਟੈਂਪਰੇਚਰ 'ਤੇ ਪੈਟਰੋਲ ਬੋਇਲ ਕਰਨਾ ਸ਼ੁਰੂ ਕਰ ਦਿੰਦਾ ਹੈ, ਲਿਕੁਇਡ ਤੋਂ ਗੈਸ 'ਚ ਬਦਲ ਜਾਂਦਾ ਹੈ। ਇਹ ਆਲਮੋਸਟ ਹੁੰਦਾ ਹੈ 95 ਡਿਗਰੀ ਸੈਲਸੀਅਸ। ਅਤੇ ਦੂਸਰਾ ਸਾਨੂੰ ਕੀ ਦਿੱਤਾ ਹੈ, ਦੂਸਰਾ ਹੈ ਕੈਰੋਸੀਨ, ਕੈਰੋਸੀਨ ਦਾ ਬੋਇਲਿੰਗ ਪੁਆਇੰਟ ਕਿੰਨਾ ਹੋਏਗਾ, ਕੈਰੋਸੀਨ ਦਾ ਬੋਇਲਿੰਗ ਪੁਆਇੰਟ ਆਲਮੋਸਟ ਹੁੰਦਾ ਹੈ 150 ਡਿਗਰੀ ਸੈਲਸੀਅਸ ਤੋਂ ਲੈ ਕੇ 180 ਡਿਗਰੀ ਸੈਲਸੀਅਸ ਦੇ ਵਿੱਚ। ਹੁਣ ਇਹਨਾਂ ਦੇ ਵਿੱਚ ਸਾਨੂੰ ਦਿੱਤਾ ਹੈ ਕਿ ਬੋਇਲਿੰਗ ਪੁਆਇੰਟ ਦਾ ਡਿਫਰੈਂਸ 25 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੈ, ਮਤਲਬ ਅਸੀਂ ਕੀ ਹੈ, ਡਿਸਟੀਲੇਸ਼ਨ ਨਾਲ ਇਹਨਾਂ ਨੂੰ ਅਲੱਗ ਕਰ ਸਕਦੇ ਹਾਂ। ਡਿਸਟੀਲੇਸ਼ਨ ਨਾਲ ਅਸੀਂ ਕੀ ਕਰੀਦਾ ਹੈ, ਜਿਸ ਦਾ ਟੈਂਪਰੇਚਰ ਘੱਟ ਹੋਵੇ, ਮਤਲਬ ਜਿਸ ਦਾ ਬੋਇਲਿੰਗ ਪੁਆਇੰਟ ਦਾ ਟੈਂਪਰੇਚਰ ਜਿਹੜਾ ਹੈ ਘੱਟ ਹੈ, ਜਿਵੇਂ ਪੈਟਰੋਲ ਦਾ ਦਿੱਤਾ ਹੈ, ਇਹ ਕੀ ਕਰਦੇ ਨੇ, ਪਹਿਲਾਂ ਜਿਵੇਂ ਪੈਟਰੋਲ ਅਤੇ ਕੈਰੋਸੀਨ ਦਾ ਮਿਕਸਚਰ ਹੈ, ਉਸ 'ਚ ਕੀ ਕਰੀਦਾ ਹੈ, ਪੈਟਰੋਲ ਅਤੇ ਕੈਰੋਸੀਨ ਦਾ ਪਹਿਲਾਂ ਸਾਡੇ ਕੋਲ ਮਿਕਸਚਰ ਹੈ, ਇਹ ਕੀ ਕਰਦੇ ਨੇ, ਪਹਿਲਾਂ ਇਹਨਾਂ ਨੂੰ ਬੋਇਲ ਕਰਦੇ ਨੇ। ਬੋਇਲ ਕਰਦੇ ਨੇ ਕਿੰਨੇ ਟੈਂਪਰੇਚਰ ਤੱਕ, ਜਿਵੇਂ ਇੱਥੇ ਪੈਟਰੋਲ ਦਾ ਘੱਟ ਹੈ ਬੋਇਲਿੰਗ ਪੁਆਇੰਟ, ਅਤੇ ਇਸ ਟੈਂਪਰੇਚਰ ਤੱਕ ਪਹਿਲਾਂ ਕੀ ਕਰਦੇ ਨੇ, ਬੋਇਲ ਕਰਦੇ ਨੇ। ਇਸ ਨੂੰ ਬੋਇਲ ਕਰਨ 'ਤੇ ਕਿੰਨੇ, ਅਪ ਟੂ 95 ਡਿਗਰੀ ਸੈਲਸੀਅਸ, ਮਤਲਬ 95 ਡਿਗਰੀ ਸੈਲਸੀਅਸ ਤੱਕ ਅਸੀਂ ਇਸ ਨੂੰ ਬੋਇਲ ਕੀਤਾ ਤਾਂ ਕੀ ਹੋਏਗਾ, ਕਿ ਜਿਹੜਾ ਪੈਟਰੋਲ ਹੋਏਗਾ ਇਹਨਾਂ ਦੋਵਾਂ ਦੇ ਵਿੱਚ, ਉਹ ਕੀ ਕਰੇਗਾ, ਉਹ ਉਬਲਣਾ ਸ਼ੁਰੂ ਹੋ ਜਾਏਗਾ, ਮਤਲਬ ਬੋਇਲਿੰਗ ਪੁਆਇੰਟ ਉਸ ਦਾ ਆ ਗਿਆ, ਮਤਲਬ ਉਹ ਲਿਕੁਇਡ ਤੋਂ ਗੈਸ 'ਚ ਬਦਲ ਜਾਏਗਾ। ਇਸ ਕਰਕੇ ਕੀ ਹੁੰਦਾ ਹੈ, ਕਿ ਜਿਹੜਾ ਪੈਟਰੋਲ ਹੈ ਉਹ ਕੀ ਹੁੰਦਾ ਹੈ, ਪੈਟਰੋਲ ਕੀ ਹੁੰਦਾ ਹੈ, ਪਹਿਲਾਂ ਲਿਕੁਇਡ ਸੀਗਾ ਅਤੇ ਬਾਅਦ 'ਚ ਕੀ ਹੈ, ਗੈਸ 'ਚ ਬਦਲ ਜਾਏਗਾ। ਇਸ ਕਰਕੇ ਗੈਸ 'ਚ ਬਦਲ ਜਾਏਗਾ, ਅਤੇ ਉਸ ਗੈਸ ਨੂੰ ਉਹ ਕੀ ਹੈ, ਵੱਖਰੇ ਕੰਟੇਨਰ 'ਚ ਰੱਖ ਲੈਣਗੇ, ਸੈਪਰੇਟ ਕੰਟੇਨਰ 'ਚ ਰੱਖ ਲੈਣਗੇ। ਇਸ ਕਰਕੇ ਉਹ ਕੀ ਹੈ, ਅਲੱਗ ਹੋ ਜਾਏਗਾ, ਅਤੇ ਇਸ ਨੂੰ ਬਾਅਦ 'ਚ ਉਹ ਕੰਡੈਂਸ ਕਰਕੇ ਕੀ ਕਰ ਲੈਣਗੇ, ਗੈਸ ਤੋਂ ਫਿਰ ਲਿਕੁਇਡ ਬਦਲ ਲੈਣਗੇ, ਅਤੇ ਦੂਸਰੇ ਕੰਟੇਨਰ 'ਚ ਸਾਡੇ ਕੋਲ ਕੀ ਬਚ ਜਾਏਗਾ, ਕੈਰੋਸੀਨ ਬਚ ਜਾਏਗਾ। ਇਸ ਤਰ੍ਹਾਂ ਅਸੀਂ ਕੈਰੋਸੀਨ ਅਤੇ ਪੈਟਰੋਲ ਨੂੰ ਅਲੱਗ ਕਰ ਸਕਦੇ ਹਾਂ। ਥੈਂਕ ਯੂ।